ਉਹਦਾ ਇਮਾਨ ਕਹਿੰਦਾ ਚੰਗਾ, ਫਿਰ ਹਲਫ ਪਿਆ ਚੈਨਾ। ਹਲਫ ਹਰ ਗੱਲ ਹੈ, ਇਮਾਨ ਕਹਿੰਦਾ ਚੰਗਾ। ਸ਼ੁਰਫਾ ਸਾਦਾਤ ਗੈਰ ਸਾਦਾਤ, ਈਮਾਨ ਉਸੇ ਦਾ ਚੰਗਾ ਜਾਂਦਾ ਇਮਾਮ ਚੰਗਾ। ਸ਼ਾਬਾਸ਼ ਜੀ। ਈਮਾਨ ਕਹਿੰਦਾ ਚੰਗਾ ਹੈ ਜਾਂਦਾ ਇਮਾਮ ਚੰਗਾ। ਅਗਰ ਇਮਾਮ ਚੰਗਾ ਹੈ ਤਾਂ ਤੈਨੂੰ ਈਮਾਨ ਵੀ ਚੰਗਾ ਲੱਭਸੀ, ਅਕੀਦਾ ਵੀ ਚੰਗਾ ਲੱਭਸੀ। ਅਤੇ ਜੇ ਇਮਾਮ ਕੋਈ ਢਿੱਲਾ ਹੈ ਤਾਂ ਅਕੀਦਾ ਵੀ ਢਿੱਲਾ, ਕਿਉਂਕਿ ਜਿਹੜਾ ਇਮਾਨ ਅਕੀਦਾ ਹੈ ਨਾ, ਉਹ ਨਾਜ਼ਿਲ ਹੋਇਆ ਨਬੀ 'ਤੇ, ਅਤੇ ਨਬੀ ਦੇ ਬਾਅਦ ਦੱਸਣਾ ਹੈ 12। ਜਿਹੜਾ 12 ਦੇ ਬੂਹੇ 'ਤੇ ਆਵਾ ਹੀ ਸੀ ਉਹਨੂੰ, ਚੂੰਕਿ ਇਮਾਮ ਚੰਗੇ ਨਸੀਬ ਹੋ ਗਏ, ਉਹਦਾ ਇਮਾਨ ਵੀ ਠੀਕ ਹੋ ਸੀ। ਹੁਣ ਤੁਸੀਂ ਅਕਸੋ ਮਾਰਫੀਆ ਦਵਾਜ਼ ਦਾ ਸਬੂਤ ਦੇ ਲਓ ਜੀ, ਚਿੱਟੇ ਦੇ ਵਰਗਾ ਸਬੂਤ। ਸਾਡੇ ਪੇਸ਼ ਨਮਾਜ਼ ਸਾਡੇ ਆਲਮ ਜਦੋਂ ਜੁਮਾ ਪੜ੍ਹਦੇ ਨੇ, ਜੁਮਾ ਜਾਣਦੇ ਹੋ, ਪੜ੍ਹਦੇ ਹੀ ਹੋ ਸੋ, ਕਦੀ ਸਾਡੇ ਇਮਾਮ ਨੇ, ਸਾਡੇ ਇਮਾਮ ਮਸਜਿਦ, ਸਾਡੇ ਪੇਸ਼ ਨਮਾਜ਼ ਸਾਡੇ ਆਲਮ ਨੇ, ਇਮਾਮ ਜੁਮਾ ਜਮਾਤ ਨੇ ਕਦੀ ਜੁਮੇ ਦੇ ਖੁਤਬੇ 'ਚ ਆਖਿਆ ਬਈ ਜੁਮਾ ਜ਼ਰੂਰ ਪੜ੍ਹਿਆ ਕਰੋ, ਕਿਉਂਕਿ ਜੁਮੇ ਵਾਲੇ ਦਿਹਾੜੇ ਅੱਲਾ ਸਾਈਂ ਪਹਿਲੇ ਆਸਮਾਨ 'ਤੇ ਆ ਵੈਂਦਾ ਹੈ ਅਤੇ ਵੇਖਦਾ ਹੈ ਬਈ ਕੌਣ ਜੁਮਾ ਪੜ੍ਹਨ ਆਇਆ ਹੈ ਅਤੇ ਕੌਣ। ਇਹ ਕਿਸੇ ਆਪਣੇ ਆਲਮ ਤੋਂ ਅੱਜ ਤੱਕ ਸੁਣਿਆ ਨੇ, ਅਤੇ ਪਿਤਰੇਰ ਤਾਂ ਬੜੇ ਸ਼ੌਕ ਨਾਲ ਪੜ੍ਹਦੇ ਨੇ ਕਿ ਜੁਮੇ ਵਾਲੇ ਦਿਹਾੜੇ ਅੱਲਾ ਸਾਈਂ ਪਹਿਲੇ ਆਸਮਾਨ 'ਤੇ ਆ ਵੈਂਦਾ ਹੈ। ਅਸੀਂ ਮਲਿਆ ਨਾ ਅਲੀ ਦਾ ਬੂਆ, ਅਤੇ ਅਲੀ ਸਾਨੂੰ ਦੱਸਿਆ ਅੱਲਾ ਆਉਂਦਾ ਵੈਂਦਾ ਨਹੀਂ। ਹਾਏ 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 ਹਾਏ, ਓਏ ਜਿਹਨਾਂ ਕੋਲੋਂ ਤੌਹੀਦ ਲੱਭਣੀ ਹੈ, ਜਿਹਨਾਂ ਕੋਲੋਂ ਈਮਾਨ ਲੱਭਣਾ ਹੈ, ਉਹ ਫਰਮਾਇਦੇ ਅੱਲਾ ਆਉਂਦਾ ਵੈਂਦਾ ਨਹੀਂ, ਅੱਲਾ ਬਾਂਹਦਾ ਉਠੀਂਦਾ ਨਹੀਂ, ਅੱਲਾ ਸੌਂਦਾ ਜਾਗਦਾ ਨਹੀਂ। ਜਾਗਦੇ ਬੈਠੇ ਹੋ ਨਾ, ਹਰ ਵਕਤ ਹਰ ਜਾ ਤੇ ਮੌਜੂਦ ਹੈ ਸ਼ਾਹ ਰੱਗ, ਤੂੰ ਜ਼ਿਆਦਾ ਕਰੀਬ ਹੈ। ਕੁਰਾਨ ਦੀ ਆਇਤ ਆ ਗਈ, ਬੰਦੇ ਜਦਾਂ ਅਲੀ ਦਾ ਬੂਆ ਛੋੜ ਦੇਵੇਂ, ਉਹ ਕੁਰਾਨ ਤੂੰ ਨਫੀ ਕਰ ਵੈਂਦੇ ਨੇ। ਕੁਰਾਨ ਆਦਾ ਅੱਲਾ ਸ਼ਾਹ ਰੱਗ ਤੂੰ ਜ਼ਿਆਦਾ ਕਰੀਬ ਹੈ। ਅਗੂ ਕਦੀ ਕਿਸੇ ਨੇ ਆਖਿਆ ਜੀ ਪਹਿਲੇ ਜੁਮੇ ਵਾਲੇ ਦਿਹਾੜੇ ਪਹਿਲੇ ਆਸਮਾਨ 'ਤੇ ਕਿਵੇਂ ਆ ਵੈਂਦਾ? ਉਹ ਤਾਂ ਹਰ ਵੇਲੇ ਸ਼ਾਹ ਰੱਗ ਤੂੰ ਜ਼ਿਆਦਾ ਕਰੀਬ ਹੈ, ਹਰ ਬੰਦੇ ਦੇ ਕੋਲ ਹੈ। ਕਈ ਸਮਝ ਆਉਂਦੀ ਪਈ? ਤੁਸੀਂ ਆਪ ਗੱਲ ਨੂੰ ਸਮਝ ਲਿਆ ਕਰੋ, ਬਾਜ਼ ਗੱਲਾਂ ਬਹੁਤ ਜ਼ਿਆਦੀਆਂ ਵਜ਼ਾਹਤ ਨਹੀਂ ਕਰ ਸਕੀਦੀਆਂ। ਗੁਜ਼ਾਰਿਸ਼ ਹੈ, ਇੱਕ ਬਹੁਤ ਬੜਾ ਸੈਮੀਨਾਰ ਆਈ, ਜਲਸਾ ਆਈ, ਅਤੇ ਉਹਦੇ ਵਿੱਚ ਸਵਾਲ ਕੀਤਾ ਗਿਆ, ਅਗਰ ਹੁਸੈਨ ਬੈਅਤ ਚੱਕਰ ਦਾ ਯਜ਼ੀਦ ਦੀ ਤਾਂ ਕੀ ਫਰਕ ਪਾਉਂਦਾ ਆਈ? ਅੱਲਾ ਗਰੀਕ ਰਹਿਮਤ ਕਰੇ, ਸਾਡੇ ਆਲਮ ਦੀਨ ਹਨ, ਉਹਨਾਂ ਫਰਮਾਇਆ ਜੀ ਫਰਕ ਹੀ ਉਹ ਕੁਝ ਪਵੇ ਆ, ਜੁਮਾ ਬੁੱਧ ਨੂੰ ਹੋਵੇ ਆ। ਅਗਰ ਹੁਸੈਨ ਬੈਤ ਕਰ ਲੈਂਦਾ ਨਾ ਤਾਂ ਜੁਮਾ ਨਿੱਤ ਬੁੱਧ ਨੂੰ। ਅੱਛਾ, ਬੁੱਧ ਵਾਲੇ ਦਿਹਾੜੇ ਹੀ ਕਹੇ ਨਾ ਪੁੱਛਿਆ, ਅੱਜ ਤਾਂ ਬੁੱਧ ਹੈ, ਜੁਮਾ ਕਿਉਂ ਪੜ੍ਹਾ ਰਹੇ ਹੋ? ਅਤੇ ਅੱਜ ਕੱਲ੍ਹ ਹੀ ਕੋਈ ਸਵਾਲ ਨਹੀਂ ਕਰਦਾ ਯਾਰ, ਅੱਲਾ ਆਉਂਦਾ ਵੈਂਦਾ ਹੈ ਜੋ ਅੱਜ ਜੁਮੇ ਵਾਲਿਆਂ ਦੇ ਪਹਿਲੇ ਅਸਮਾਨ 'ਤੇ ਆਏ ਅਤੇ ਮੁੜ ਪਿੱਛਾ ਹਟ ਵੈਂਦਾ, ਅੱਜ ਜੋ ਇੱਥੇ ਪਹਿਲੇ ਅਸਮਾਨ 'ਤੇ ਆਏ ਹੋਏ ਆਏ ਅਤੇ ਪਿਛਲੇ ਅਸਮਾਨਾਂ 'ਤੇ ਅੱਲਾ ਕੋਈ ਨਹੀਂ। ਮੇਰੇ ਅਰਜ਼ ਕਰਨ ਦਾ ਮਕਸਦ ਭਾਈ ਜਾਨ ਇਹ, ਮੈਂ ਜ਼ਾਕਰੀ ਚਮਕਾਵਣ ਕਰਨ ਨਹੀਂ ਬੈਠਾ ਪੜ੍ਹਦਾ, ਮੈਂ ਅਰਜ਼ ਪਿਆ ਕਰੇ ਨਾ ਜੋ ਮੈਂ ਕਿਉਂ ਆਖਿਆ ਲੰਬਾ ਕਰਕੇ, ਜੋ ਜਿਹੜੇ ਮੈਦਰ ਨਹੀਂ ਪਵੇ ਅਤੇ ਥੋੜ੍ਹੀ ਜਿਹੀ ਸੋਹਣੀ ਬੂਥੀ ਮੈਦਰ ਕਰਨ 'ਚ ਬੂਥੀ, ਮੈਂ ਤਾਂ ਆਦਾ ਮੈਂ ਤੂੰ ਮੈਦਰ ਵੇਖਦਾ ਜੋ ਨਹੀਂ, ਇਹ ਸੋਹਣਾ ਚਿਹਰਾ ਮੈਦਰ 'ਚ ਕਰੋ। ਮੈਂ ਆਦਾਂ ਜਦਾਂ ਗੱਲ ਦੀ ਸਮਝ ਆ ਗਈ ਹੈ, ਜੋ ਐਡਾ ਸੋਹਣਾ ਅਕੀਦਾ ਸਾਨੂੰ ਲੱਗਦਾ ਹੈ, ਅਤੇ ਪਿਓ ਦਾਦੇ ਨੂੰ ਦੁਆ ਕੀਤੀ ਕਰ ਜਿੰਨਾ ਤੈਨੂੰ ਅਲੀ ਦਾ ਬੂਆ ਵਿਖਾਇਆ, ਵਰਨਾ ਖੁਦਾ ਦੀ ਕਸਮ ਹੈ ਇਹਨੂੰ ਮੇਰਾ ਪੁੱਤ। ਮਿਹਰਬਾਨੀ, ਬਹੁਤ ਸ਼ੁਕਰੀਆ, ਤਕਲੀਫ ਮਾਫ, ਬੇਸ਼ੁਮਾਰ, ਠੀਕ ਹੋ ਐਨੂੰ ਬੇਟਾ ਥੋੜ੍ਹਾ ਜਿਹਾ ਭਰੋ। ਮੈਂ ਪਿਆ ਤਾਂ ਜੀ ਅਲੀ ਦੇ ਬੂਹੇ 'ਤੇ ਆਵਣਾ, ਇਹ ਸੌਖਾ ਕੋਈ ਨਹੀਂ, ਪਾਕਾਂ ਦਾ ਦਰਵਾਜ਼ਾ ਮਲਣਾ ਸੌਖਾ ਕੰਮ ਕੋਈ ਨਹੀਂ।
जे सौखा होंदा ना तो हर कोई आया वादा हो गया। ज्यादी तादाद बंदे नहीं आए, थोड़ी तादाद अपनी नफरी गिण चा भाई यार, अपनी तादाद गिण चा अली दे बूहे ते आवना कोई सौखा काम नहीं। ता प्यादा प्यो दादे पड़दादे नू दुआ कर जिन्ना बुआ तेनू विखाया ते तेनू मुफ्त मिल गया। ओए तू विरासती तौर ते सी है ना, ओए जेड़ा काम औखा ही ओ ते तेरा हो गया है भाई, तेनू विरासत ते शियत लब गई है। सुनी भिरा नाराज ना होवी, तू भी अपने प्यो दादे दा शुक्रिया अदा कर, क्योंकि जिन्ना बुतां नू छोड़िया है ते तेनू पैगंबर दे बूहे ते आया है, ते अगों तेनू रोक तो नहीं गए वे, अगर ना सोची ओ भाई तेनू दौलत जड़ी है ना प्यो दादे तू विरासत लभ गई है, शिया बनन ते तेरा ना टेल लगा है ना जोर लगा है ना तेरा खर्चा होया है, तू उस माँ की झोली है चाहे जिथे पहले अली अली होंदा पे आई, हूँ उत्थे ते तेरा खर्चा है कोई ना, तेनू अगला काम करना पौना है कि जिन्ना दा मैं शिया हाँ वो मेरे कोलू के चांदे औखा काम तो हो गया, अगला काम सौखा है। दसा जी अगला काम केड़ा सौखा है, पहली शर्त आई जो अकीदा ठीक होवे, गल भूल तो नहीं गई। अगर तू हर वक्त अल्लाह की इबादत रहना चाहना है ना तो पहली शर्त है तेरा अकीदा ठीक होवे, ईमान ठीक होवे। दूई शर्त है चाही दिता ये सौखी है शर्त, मगर हालात हाजरा की वजह तू ये शर्त औखी बड़ी वधी है। होवनी तो मोमन वास्ते सौखी चाहिए आई, जी शर्त मैं बयान करन लगा दूसरी गौर करी, मगर हालात हाजरा की वजह तू औखी बड़ी वधी। दसा कि मैं औखी बड़ी वधी। दूई शर्त है अच्छे अकीदे दे नाल तेरा रिज़्क हलाल हो। शाबाश शाबाश, यदा मतलब है हलाल खोर का मजमा दाद ता मिली है ना। अच्छा तीसरी शर्त बयान करना जी गुजर भाई ना, त्री शर्त है अगर हर साह इबादत लिखाना चाहना, त्री शर्त अच्छे अकीदे दे नाल रिज़्क़ हलाल खा के कम वो कर जिस कम ते खुदा राजी हो। माशाल्लाह, हुण बंदा पुछदा जी खुदा केड़े कम्मां ते राजी है, ते फखर नाल आखो खुदा उन्हां कम्मां ते राजी है जिन्हां ते 14 राजी है। अल्लाह दी रजा ते 14 दी रजा हिक है। अल्लाह साईं तू केड़े कम्मां ते राजी है, मालिक फरमाइंदा 14 चूजें दे कोलू दिल आदा ही पुछ ला। बस मैं अपना पैगाम मुका लिया मसाहिब वाले पासे आना पे, आओ जी सादे के आले मोहम्मद तू पुछ, मौला सजाद तू पुछ, मुर्शद हुसैन तू पुछ, मौला अली तू पुछ, जिथू पहुँच सकना है ना 12वें तू पुछ, जै तू को दिल ला दे पुछ भाई तुसा केड़े कम्मा ते राजी हो। फरमैदन साड़ी रजा खुदा दी रजा, मौला फरमैदन पता तुहानू ये केड़े कम चंगे होंदे ने। अच्छा ईमान नाल दसो इधर मैं कह बंदे दे सिर ते हाथ से रखा, इन्हू कोई पता नहीं काम केड़े चंगे होंदे ते केड़े काम भेड़े होंदे। मजलस अपनी मैं सुकाई खलोता फेल हो गई, डाडा पे चलता इतने अपनी मजलस आप फेल, इसे फेल पास की वजह तो कौम नू बेनमाज बना छोड़े। अब मैनु पैदा करन वाले दी कसम है, ओए नमाज उस बंदे दी कुछ लगदी नहीं जड़ा अली दा दुश्मन है। ओए नमाज है ही उसे वास्ते जेंदा पीर अली नाराज ही नो बने आए, सारे नमाजी बैठे हो मसाजिद मौजूद हैं। मेरी गल सुनो, मसला मेरा जड़ा है ना पैगाम मुकम्मल होवे, बस इन्हें एक मिनट मुकम्मल पे होंदा है, अकीदा अच्छा होवे, रिज़्क हलाल खा के काम करे, काम केड़ा करे जिस ते मौला अली राजी होवे, अली राजी है वाजिब ते अमल कर, मुस्तहब ते अपड़ पवे तो अमल कर, ना अपने तो परेशान ना होवी, हराम काम तो बची, अपना अखलाक सही रखी। ये जितने काम में न चंगे
ਉਹਨਾਂ ਕੰਮਾਂ 'ਚ ਦੋ ਸਭ ਤੋਂ ਚੰਗੇ ਨੇ, ਨਮਾਜ਼ ਅਤੇ ਆਜ਼ਾਦਾਰੀ ਏ ਹੁਸੈਨ। ਖੁਦਾ ਦੀ ਕਸਮ, ਮੈਂ ਆਪਣਾ ਬਿਆਨ, ਆਪਣਾ ਮੈਂ ਈਮਾਨ ਬਿਆਨ ਕਰ ਰਿਹਾ, ਅਗਰ ਮੈਂ ਗਲਤ ਆਖਾਂ ਮੈਂ ਮੌਲਾ ਦਾ ਮੁਜਰੇ ਮੋਵਾਂ। ਸਭ ਚੰਗੀਆਂ 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 ਕੰਮਾਂ ਤੂੰ ਚੰਗੇ ਕੰਮ ਹਨ, ਅੱਲਾ ਦੀ ਨਮਾਜ਼ ਅਤੇ ਆਜ਼ਾਦਾਰੀ ਏ ਹੁਸੈਨ। ਅਗਰ ਨਮਾਜ਼ੀ ਨਹੀਂ, ਹੁਣ ਇੱਥੇ ਮੈਂ ਮੁਫਤੀ ਤਾਂ ਨਹੀਂ ਜੋ ਫਤਵਾ ਪੇ ਦੇਣਾ, ਅਗਰ ਨਮਾਜ਼ੀ ਨਹੀਂ ਮੌਲਾ ਹੁਸੈਨ ਦਾ ਤੂੰ ਲੱਗਦਾ ਹੀ ਕੁਝ ਨਹੀਂ, ਅਤੇ ਜੇ ਨਮਾਜ਼ੀ ਹੈ ਅਤੇ ਆਜ਼ਾਦਾਰੀ ਦਾ ਮੁਨਕਰ ਹੈ ਤੂੰ ਖੁਦਾ ਦਾ ਕੁਝ ਲੱਗਦਾ ਹੀ ਕੁਝ ਨਹੀਂ। ਅਗਰ ਖੁਦਾ ਤੂੰ ਕੁਝ ਖੱਟਣਾ ਹੀ ਤਾਂ ਹੁਸੈਨ ਦੀ ਆਜ਼ਾਦਾਰੀ ਕਰ, ਹੁਸੈਨ ਤੂੰ ਕੁਝ ਖੱਟਣਾ ਹੀ ਤਾਂ ਅੱਲਾ ਦੀ ਨਮਾਜ਼ ਪੜ੍ਹ। ਬਸ ਅੱਛਾ ਅਕੀਦਾ, ਰਿਜ਼ਕੇ ਹਲਾਲ ਨਾਲ, ਔਰ ਉਹ ਕੰਮ ਜਿਹਨਾਂ ਕੰਮਾਂ 'ਤੇ ਚੌਦਾਂ ਰਾਜ਼ੀ ਹਨ, ਇਹ ਤਰਾ ਕੁਲੀਏ ਕੋਲ ਰੱਖ, ਤੂੰ 24 ਘੰਟੇ ਅੱਲਾ ਦੀ ਇਬਾਦਤ 'ਚ, ਤੇਰਾ ਚੱਲਣਾ ਵੀ ਅੱਲਾ ਦੀ ਇਬਾਦਤ, ਤੇਰਾ ਟੁਰਨਾ ਵੀ ਅੱਲਾ ਦੀ ਇਬਾਦਤ, ਤੇਰਾ ਬੈਠ ਜਾਣਾ ਵੀ ਅੱਲਾ ਦੀ ਇਬਾਦਤ, ਤੇਰਾ ਸਾਏ ਜਾਣਾ ਵੀ ਅੱਲਾ ਦੀ ਇਬਾਦਤ, ਤੇਰੀ ਨਮਾਜ਼ ਵੀ ਅੱਲਾ ਦੀ ਇਬਾਦਤ, ਆਜ਼ਾਦਾਰੀ ਹੁਸੈਨ ਵੀ ਅੱਲਾ ਦੀ ਇਬਾਦਤ। ਤਵੱਜੋ ਹੈ, ਗੱਲ ਮੁੱਕਦੀ ਪਈ ਹੈ, ਹੱਜ 'ਤੇ ਵੰਨੇ ਅੱਲਾ ਦੀ ਇਬਾਦਤ, ਉਹ ਜਾ ਨੂੰ ਮੁਹੱਬਤ ਨਾਲ ਚੁੰਮੇ ਜਿਹੜੇ ਪੀਰ ਅਲੀ ਦੇ ਜੰਮਣ ਦੀ ਨਿਸ਼ਾਨੀ ਖਲੀਏ, ਉਹ ਤੇਰੀ ਹੱਜ ਦੀ ਕਬੂਲੀਅਤ ਦੀ ਸ਼ਰਤ ਹੈ। ਭਾਈ ਜਾਨ ਗੁਦਾਰਾ, ਜਿਵੇਂ ਮੁਹੰਮਦ ਬਾਦਸ਼ਾਹ ਪਿਆਦਾਈ, ਸਾਡੇ 'ਚ ਫਰਕ ਕੋਈ ਨਹੀਂ, ਸਿਰਫ ਸੋਚਣ ਅਤੇ ਸਮਝਣ ਦਾ ਫਰਕ ਹੈ। ਐ ਪੈਦਿਆਨ ਜੀ ਸਜਦੇ ਲੈ, ਬਈ ਜਿਹੜਾ ਬੰਦਾ ਅਸਮਾਏ ਗਿਰਾਮੀ ਨੂੰ ਉਲਟ ਚ ਕਰਦਾ ਹੈ ਅਤੇ ਉੱਤੇ ਰੱਖ ਕੇ ਸਰ ਨਮਾਜ਼ ਪੜ੍ਹਦਾ ਹੈ, ਹੇ ਤਾਂ ਇਦੂ ਹੀ ਖਾ ਕੇ ਸ਼ਿਫਾ। ਇਹ ਦੂ ਮਿੱਟੀਆਂ 'ਚੋਂ ਬਣੀ ਹੈ ਜਾਂ ਹਿੱਕੇ 'ਚੋਂ ਬਣੀ ਹੈ? ਇਹ ਤੁਹਾਨੂੰ ਫਰਕ ਘੱਟ ਦੇਣਾ, ਜਿਹੜੇ ਫਰਕ ਪਾਈ ਵਧਣ, ਫਰਕ ਹੈ ਕੋਈ ਨਾ। ਔਰ ਫਰਕ ਉਸ ਫਿਰਕੇ 'ਚ ਹੁੰਦਾ ਜਿਹੜਾ ਬੰਦੇ ਆਪ ਬਣਾਉਣ, ਜਿਹੜਾ ਆਸਮਾਨ ਤੂੰ ਆਵੇ, ਇਹ ਮਜ਼ਹਬ ਸ਼ੀਆ ਆਸਮਾਨ ਤੂੰ ਆਇਆ ਹੈ, ਬੰਦਿਆਂ ਨਹੀਂ ਬਣਾਇਆ। ਹੁਣ ਜਿਹੜੇ ਬੰਦੇ ਇਦੂ ਲਿਖੇ ਹੋਏ ਪਾਸੋਂ ਸਜਦਾ ਕਰਦੇ, ਉਹਨਾਂ ਦਾ ਇੱਕ ਆਪਣਾ ਤਕਵਾ, ਆਪਣਾ ਇਮਾਨ ਹੈ, ਆਪਣੀ ਮੁਹੱਬਤ ਹੈ। ਅਤੇ ਜਿਹੜੇ ਬੰਦੇ ਉਲਟਾ ਚੱਕ ਕਰਦੇ ਨੇ, ਉਹਨਾਂ ਤੋਂ ਪੁੱਛਿਆ ਕਿਉਂ ਕਰਦੇ ਹੋ, ਉਹ ਆਦਨ ਜੀ ਸਾਡੀ ਪਿਸ਼ਾਨੀ ਦਾ ਜਿਹੜਾ ਥਿੱਦਾ ਹੁੰਦਾ ਹੈ ਨਾ, ਇਹ ਲੱਗਦਾ ਲੱਗਦਾ ਅਤੇ ਬਣ ਵੈਂਦੀ ਹੈ, ਮੈਲ ਹੋ ਵੈਂਦੀ ਹੈ ਇਕੱਠੀ। ਅਤੇ ਜੇ ਮੈਲ ਦੀ ਤੈਅ ਇਤਨੀ ਚੜ ਜਾਵੇ, ਸਾਰੇ ਸਮਝੋ ਮੁਫਤ ਦੇ ਮੁਲ ਤਹਿਤ ਨਾ ਬਣੇ ਕਰੋ, ਉਹ ਜਿਹੜੇ ਨਹੀਂ ਨਾ ਪਾਸਾ ਰੱਖਦੇ, ਉਹ ਆਦਨ ਮੈਂ ਮੈਲ ਜੀ ਅਸਮਾਏ ਗਿਰਾਮੀ ਦੇ ਉੱਤੇ ਲੱਗਦੀ ਰਹਾ ਸੀ, ਲੱਗਦੀ ਰਹਾ ਸੀ, ਤਦ ਬੜੀ ਵੱਡੀ ਸਾਰੀ ਨਾ ਬਾਈ ਸਨ ਛੁੱਪ। ਹੁਣ ਹੁਕਮ ਹੈ ਵੀ ਮੈਲ ਜ਼ਿਆਦੀ ਹੋ ਵਜੇ ਤਾਂ ਉਸ ਨੂੰ ਇਮਾਮ ਬਾਰਗਾ ਜਾਂ ਮਸਜਿਦ ਦੇ ਸੀਮੈਂਟ 'ਤੇ ਰਗੜ ਲਓ। ਅਤੇ ਜਿਸ ਵੇਲੇ ਰਗੜੇ ਸੀ ਉਹ ਅਸਮਾਨ ਰਗੜੇ ਗਏ ਨਾ। ਜਿਹੜੇ ਇਦੂ ਨਹੀਂ ਸਜਦਾ ਕਰੇਂਦੇ ਉਹਨਾਂ ਦਾ ਇਹ ਮੌਕਫ ਹੈ, ਅਤੇ ਜਿਹੜੇ ਇਦੂ ਕਰੇਂਦੇ ਉਹਨਾਂ ਦਾ ਇਹ ਮੌਕਫ ਹੈ। ਲੜਾਈ ਕਹੀ ਹੈ ਇਹ ਨਾ ਜਾਣਨ ਅਤੇ ਜਾਣਨ ਦੀ ਪੇਟ ਵੱਗੀ ਖਲੀ। ਨਾਰਾਏ ਚੁੱਪ, ਹਾਂ ਹਾਂ, ਉਹ ਬੰਦਾ ਮੁਜਰੇ ਮੈਂ ਭਾਈ ਜਾਨ ਸਤਿਸ਼ਾ, ਉਹ ਬੰਦਾ ਮੁਜਰੇ ਮੈਂ ਜਿਹੜਾ ਨਮਾਜ਼, ਅੱਛਾ ਪਹਿਲੇ ਦੱਸ ਵੀ ਜਿਹੜਾ ਬੰਦਾ ਹੇ ਸ਼ੀਆ ਅਤੇ ਸਜਦਾ ਗਾਰ ਰੱਖਦਾ ਹੈ ਅਤੇ ਉਹਦੇ ਉੱਤੇ ਸਜਦਾ ਕਰਿੰਦਾ, ਉਹਨੂੰ ਕਈ ਪੇਟੇ ਜੂ, ਉਹਨੂੰ ਅਸਮਾਨ ਨਾਲ ਉਹਨੂੰ ਕਈ ਦੁਸ਼ਮਣੀ, ਜਿਨ੍ਹਾਂ ਨੂੰ ਦੁਸ਼ਮਣੀ ਉਹ ਸਜਦਾ ਗਾਹ ਮੁੱਢੂ ਰੱਖਦੇ ਹੀ ਨਹੀਂ। ਹਾਂ, ਅਗਰ ਉਹ ਸਜਦਾ ਕਰਨ ਵੇਲੇ ਅਸਮਾਏ ਗਿਰਾਮੀ ਨੂੰ ਮਿਟਾ ਛੋੜੇ ਫਿਰ ਮੁਜਰੇ ਮੈਂ। ਇਹ ਹੁਣ ਪਤਾ ਲੱਗਾ ਹੀ ਨਾ ਆਪਣੇ ਆਪਣੇ ਮੌਕਫ ਦੀ ਬਾਤ ਹੈ। ਉਹ ਬੋਲੋ, ਉਹ ਵੀ ਮੁਹੱਬਤ ਤੂੰ ਨਹੀਂ ਕਰੇਂਦਾ ਜੋ ਵੱਲ ਮਿਟਾਵਣੇ ਨਾ ਪਵੇਣ, ਇਦਲਾ ਵੀ ਮੁਹੱਬਤ ਤੂੰ ਇਸ ਪਾਸਿਓਂ ਕਰੇਂਦਾ ਹੈ ਜੋ ਨਾ ਪਿਆਰੇ ਲੱਗਦੇ ਨੇ। ਲੜੇ ਨਾ ਕਰੋ, ਮੁਫਤੀ ਨਾ ਬਣੇ ਕਰੋ, ਇੱਕ ਬੈਦ ਉੱਤੇ ਜ਼ਬਾਨਾਂ ਨਾ ਕਸੋ। ਸਾਡੇ ਇੱਕ ਮੌਲਾਨਾ ਸਾਹਿਬ ਨੂੰ ਆਦਨ ਅੱਗੇ ਹੋ ਸਰਫੇ ਸਾਂਗ ਦੇ, ਅਤੇ ਬਾਕੀ ਲੜ ਲੜ ਮਰ ਮਰ ਕੇ ਲੋਕਾਂ ਨੂੰ ਤਮਾਸ਼ਾ ਵੀ ਖਾਂਦੇ ਹੋ। ਓਏ ਖੁਦਾ ਦਾ ਬੰਦਾ, ਤੂੰ ਸੁੰਨੀ ਨਾਲ ਹੀ ਪਿਆਰ ਕਰ, ਤੇਰਾ ਪਰਦਾਦਾ ਸੁੰਨੀ ਆਈ, ਮੇਰਾ ਪਰਦਾਦਾ ਸੁੰਨੀ ਆਈ,
वो केड़ा चंगा बंदा आई अली का बुआ वेख्या तो असू विरासत ही लग गया। लिहाजा कावड़े न करो, नाराज न करो, सवाल दी समझ ना आवे। मिंबर तू हट के नशे चा बनाई, चाह चा पकाई ते उन्हू चा पिवाई मौलवी साहब नू या जाकर साहब नू, ते आखे जी गल दी समझ नहीं आई थोड़ा जिहा। बस अल्लाह तुहानू सलामत रखे।